ਤੇ ਜੱਟ ਦਾਰ ਕਾਨੇ ਪੂਰਾ ਕੈਮ ਗੋਰੀਏ ਮੈਂ ਕੱਟਾ ਦੇਦਿਆਂ ਕਹਾਉਂਦਿਆਂ ਦੇ ਵੈਮ ਗੋਰੀਏ ਇੱਕ ਦੇ ਦੇ ਯਾਰ ਇੱਕ ਦੇ ਦੇ ਉਥੋਂ ਦੇਈ ਇੱਕ ਦੇ ਉਥੋਂ ਇੱਕ ਦੇ ਦੇ ਨੂਡਲ ਕਿਆਸੇ ਹੈ ਜੈਸ ਕਰਾਉਣ ਨੇ ਮੁੰਡੇ ਪੂਰੀ ਅੱਛੇ ਹੈ ਆ ਵੀਰ ਜੀ ਹੁਣੀ ਵੀ ਜੈਸ ਕਰਾਉਣ ਨੇ ਪੂਰੀ ਵੀਰ ਜੀ ਉਹਨਾਂ ਦੀ ਏਰੀਆ ਚ ਜੈਸ ਆ ਪੂਰੀ ਵੀਰ ਨਾਲ ਫੋਟੋ ਖਿੱਚ ਮੇਰੀ ਹਾਂ ਦੱਸ ਹੁਣ ਖਾ ਗਏ ਵੀਰ ਨਾਲ ਫੋਟੋ ਖਿੱਚ ਮੇਰੀ ਇੱਧਰ ਵਧੀਆ ਓਕੇ ਆ ਓਕੇ ਵੀਰ ਨਾਲ ਫੋਟੋ ਖਿੱਚ ਮੇਰੀ ਫੋਟੋ ਨਹੀਂ ਆ ਜੈਸ ਆ ਵੀਰ ਜੀ ਉਹ ਇਦਾਂ ਕਰ ਭੂਤ ਨਹੀਂ ਆਉਂਦਾ ਗੱਲਬਾਤ ਆ ਹਾਂਜੀ ਬਰਥਡੇ ਇੰਜੋਇਮੈਂਟ ਵਿਆਹ ਦੀ ਆ ਵਧੀਆ ਵਧੀਆ ਨਜ਼ਾਰੇ ਕੋਈ ਜੇ ਤਾਂ ਕਿਹੜਾ ਵੀਰ ਨੂੰ ਵੀ 2 ਕਿਲੋ ਚਾਹ ਵੀਰ ਨੂੰ ਵਧਾਈ ਵੀ ਦਿਓ ਕਮੈਂਟ ਆਇਆ ਪੱਗ ਬਦਲਦੀ ਵੀਰ ਨੇ ਨਾਲ ਹੀ ਇੱਧਰ ਵੇਖ ਲਾ ਪੱਗ ਬਦਲਦੀ ਜੇ ਪੱਗ ਬਦਲਦੀ ਵੀਰ ਨੇ ਲਾਮਾ ਲਾਦਾ ਵੀ ਜੀ ਤੁਸੀਂ ਕਹਿੰਦੇ ਹੋ ਵੀ ਪੱਗ ਬਦਲਾ ਦਿਓ ਪੱਗ ਬਦਲਾ ਦਿਓ ਅੱਜ ਮੌਕੇ ਦਾ ਸਰਪੰਚ ਆ ਵੇਖ ਲਾ ਪਹਿਲਾਂ ਨਵੀਂ ਪੱਗ ਲਿਆ ਕੇ ਦਿੱਤੀ ਫਿਰ ਵਿਆਹ ਤੇ ਆਏ ਅੱਜ ਮੌਕੇ ਦਾ ਸਰਪੰਚ ਨਾਲ ਗ੍ਰਾਂਟ ਗ੍ਰੂਂਟ ਖਾਣੀ ਕੋਈ ਦੱਸ ਦਿਓ ਵਾਧੂ ਗ੍ਰਾਂਟਾਂ ਆਉਂਦੀਆਂ ਸਰਪੰਚ ਨੂੰ ਮਾਰੇ ਅੱਜ ਵਿਆਹ ਖਾਣ ਦੇ ਹੁੰਦਾ ਗ੍ਰਾਂਟਾਂ ਖਾਂਦੇ ਆ ਵਿਆਹ ਚ ਵੀ 2 ਕਿਲੋ ਚਾਹ ਖਾਣੀ ਕੁੱਟ ਵੀ ਖਾਂਦੇ ਜੇ ਵੋਟਾਂ ਚ ਗ੍ਰਾਂਟਾਂ ਦੇ ਨਾਲ ਭਰੋਲਾ ਵਿਆਹ ਆ ਅੱਜ ਵਿਚਾਰੇ ਕੀ ਕਰਨ ਉਹ ਤੰਦਾਂ ਚ ਵੱਜਣ ਡਏ ਨੇ ਪੱਤਿਆਂ ਦੇ ਪਕੌੜੇ ਨੇ ਖਾਣ ਪੀਣ ਨੂੰ ਲੱਭਣ ਨਹੀਂ ਡਿਆ ਕੁਛ ਨਹੀਂ ਆਇਆ ਵਿਆਹ ਦੇ ਵਿੱਚ ਤੇ ਆਉਂਗੇ ਜਿਉਂਗੇ ਭੋਗ ਤੇ ਆਏ ਹੁੰਦੇ ਆ ਸਕਾਰੀ ਪੈਪ ਉਥੋਂ ਲਾ ਲਾ ਦੂਜਾ ਪਾਣੀ ਵਾਲਾ ਲਾ ਲਾ ਇਹਨੂੰ ਮੋਟਾ ਪੈਪ ਲਾ ਦੇ ਹੈਂ ਜਾਓ ਕਹਿ ਅੰਕਲ ਨੂੰ ਅੰਕਲ ਪੈਪ ਉਹ ਪਰੇ ਪਈਆਂ ਪੈਪ ਉਧਰ ਨਹੀਂ ਹੋਣੀ ਸਟਰਾ ਹੁੰਦੀਆਂ ਸਾਲਿਓ ਅਨਪੜੋ ਪੈਪ ਪੈਪ ਲਾਇਆ ਸਰਪੰਚ ਬੰਦਾ ਉਹਨੇ ਪੈਪ ਕਹਿਣਾ ਫਿਰਦਾ ਵੇ ਹਾਂ ਭਾ ਹੁਣ ਤੂੰ ਦੱਸ ਅਸੀਂ ਗੱਲ ਬੁਲਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਦੇਤਾ ਕਿਹੜਾ ਠੰਡ ਨਹੀਂ ਲੱਗਦੀ ਕੱਲੀ ਕਮੀਜ਼ ਪਾ ਖੜੀ ਹੈ ਠੀਕ ਹੈ ਦਈ ਕਿੱਦਾਂ ਡੇਜ ਪੀਣ ਪੈਪ ਤੇ ਲੱਭਾ ਨਹੀਂ ਪੈਪ ਨਹੀਂ ਮਿਲੇ ਸਰਪੰਚ ਨੇ ਨਵਾਂ ਜਗਾੜ ਕੱਢਤਾ ਮਾਰ ਕੇ ਛੇਕ ਤਾਂ ਇਦਾਂ ਹੀ ਕੋਈ ਇਦਾਂ ਨਹੀਂ ਹੁੰਦਾ ਮਾਲ ਬਾਹਰ ਨਹੀਂ ਹੁੰਦਾ ਇਦਾਂ ਪੀਤਾ ਨਹੀਂ ਹੁੰਦਾ ਇਦਾਂ ਭਾਜੀ ਬੀਅਰ ਦੇ ਕੈਨ ਨੇ ਹੈ ਬੀਅਰ ਦੇ ਕੈਨ ਆ ਵੇਖੋ ਠੀਕ ਹੈ ਉੱਤੇ ਉਰਦੂ ਵੀ ਲਿਖਿਆ ਉਹ ਭਰਾਵਾ ਮੇਰਾ ਕੋਟ ਨਾਲ ਵੇੜ ਦੀ ਮੈਂ ਪੰਜਾਬੀ ਦੱਸਦਾ ਤੈਨੂੰ ਓਏ ਆ ਖਟਾ ਕਰਦੇ ਕੋਟ ਬੀਅਰ ਦੇ ਕੈਨ ਉੱਤੇ ਲਿਖਿਆ ਉਰਦੂ ਵੀ ਲਿਖਿਆ ਓਏ ਆ ਸਾਡੇ 3 ਲੀਟਰ ਲਿਖਿਆ ਹੈਗਾ ਕੀ ਟੇਸਟ ਹੈ ਇਹਦਾ 3 ਲੀਟਰ ਲਿਖਿਆ ਹੈ ਭਰਾਵਾ ਉਰਦੂ ਨਹੀਂ ਆ 3 ਲੀਟਰ ਤੇ ਸਾਂਝ ਵਾਲਾ ਪਰਫਾਰਮੈਂਸ ਗੰਡਿਆ ਵਿਆਹ ਦੇ ਇਹ ਤੇ ਦੱਸਿਆ ਹੀ ਨਹੀਂ ਸਾਨੂੰ ਇੱਥੇ ਰੱਖ ਵੀ ਦਲਜੀਤ ਤੇ ਸਾਂਝ ਵੀ ਆਇਆ ਇੱਥੇ ਫੀਲਿੰਗ ਪੂਰੀ ਭਾਜੀ ਫੀਲਿੰਗ ਪੂਰੀ ਤਤ ਕਰਾਉਂਦੇ ਆ ਐਂਡ ਐਂਡ ਇੱਧਰ ਨਿਆਣੇ ਮੱਚ ਲਏ ਆ ਤੇ ਦਲਜੀਤ ਆ ਗਿਆ ਫੋਟੋ ਕਰਾ ਕੇ ਆਈਏ ਹੈ ਮੁੰਡਿਆਂ ਨੇ ਤੇ ਹੁਣ ਚਾਹ ਪੀਣ ਡਏ ਨੇ ਨੀਂਦ ਆਉਂਦੀ ਵੀਰ ਜੀ ਨੀਂਦ ਆਉਂਦੀ ਫੁੱਲ ਐ ਨੀਂਦ ਆਉਂਦੀ ਨੀਂਦ ਕੀ ਗੋਲੀਆਂ ਖਾਦੀਆਂ ਜੇ ਗੋਲੀਆਂ ਹੀ ਵੀਰ ਆ ਓਏ ਸਰਪੰਚ ਇੱਧਰ ਸਰਪੰਚ ਵੀ ਖੇਚਲਾ ਖੇਚਲਾ ਅੰਦਰ ਕੱਚੀ ਜਾ ਖੇਚਲਾ ਅੰਦਰ ਚਾਹ ਪੀਣੀ ਆ ਚਾਹ ਪੀਣੀ ਆ ਆ ਵੇ ਗਲਾਸੀਆਂ ਯਾਰ ਰੱਖ ਕੋ ਛੜੀਆਂ ਅੱਗੇ ਧੂਆਂ ਨਿਕਲਣ ਦੇ ਇਹਨਾਂ ਚੋਂ ਸਰਪੰਚ ਦੀ ਬਾਸ ਬਾਸ ਹੋ ਗਈ ਜਾਂਦੇ ਜਾਓ ਦੋਵੇਂ ਨੇ 100-100 ਸਗਨ ਦੇ ਗਿਆ ਸਗਨ ਦੇ ਗਿਆ ਦੋਵੇਂ ਨੇ 100-100 ਉਹਨੇ ਦੇ ਕੇ ਹੁਣ ਪੈਂਤੀ ਗੱਡੀ ਅੱਜ ਕਿਥੋਂ ਲਿਆਂਦੀ ਹੈ ਅੱਜ ਕੁੜਤਾ ਪਜਾਮਾ ਪਾ ਕੇ ਤੇ ਇੱਥੇ ਕਦੀ ਕਦੀ ਮੋਟਰਸਾਈਕਲ
ਮੋਟਰਸਾਈਕਲ ਵੀ ਕਿਉਂ ਚਾਹੀਦਾ? ਮੋਟਰਸਾਈਕਲ ਦੀ ਸੈਰ ਕਰਨੀ ਚਾਹੀਦੀ ਹੈ, ਇਹ ਸਿਹਤ ਵਾਸਤੇ ਬਹੁਤ ਚੰਗੀ ਹੁੰਦੀ ਹੈ। ਬਾਹਰੋਂ ਆ ਗਿਆ ਬੁਲਟ ਵੀ ਨਹੀਂ ਤੇ ਜਾਜ ਭੁੱਲ ਜੇ ਹਨਾ, ਕਿਤੇ ਜਾਣਾ ਹੀ ਪੈਂਦਾ ਕਿਤੇ ਪੈਲੀ ਚ, ਤੇ ਜਾਜ ਭੁੱਲ ਜੇ ਬੰਦੇ ਕਿਤੇ ਮਾਰ ਮੂਰ ਦੇ ਕਿਤੇ ਲਾਸਟ ਐਂਡ ਫਿਰ ਚੱਲ ਚੁਕਾ ਮਾਰ ਫਰੇਮਾਂ ਜ਼ਿਆਦਾ ਹੋ ਗਿਆ ਨਾ ਘੱਟ ਖਾਣਾ ਹੈ ਨਾ ਫਰੇਵਾ ਜ਼ਿਆਦਾ ਹੋ ਗਿਆ ਸੋਈਏ ਹੁਣ ਜਾ ਕੇ।